ਮਹਿਲਾ ਪੰਜਵਾਂ ਸੂਖ ਮਹਿਲ ਜਾ ਕੇ ਊਚ ਦੁਆਰੇ ਤਾਂ ਮੈਂ ਵਸ ਹੈ ਭਗਤ ਪਿਆਰੇ ਸਹਿਜ ਕਥਾ ਪ੍ਰਭ ਕੀ ਅਤ ਮਿੱਠੀ ਵਿਰਲੇ ਕਾਹੂ ਨੇਤਰੋਂ ਡਿੱਠੀ ਰਹਾਉ ਤਾਂ ਗੀਤ ਨਾਦ ਅਖਾਰੇ ਸੰਗਾ ਊਹਾਂ ਸੰਤ ਕਰੇ ਹਰ ਰੰਗਾ ਤਾਂ ਮਰਨ ਨ ਜੀਵਨ ਸੋਗ ਨ ਹਰਖਾ ਸਾਚ ਨਾਮ ਕੀ ਅੰਮ੍ਰਿਤ ਵਰਖਾ ਗੋਹਜ ਕਥਾ ਏ ਗੁਰ ਤੇ ਜਾਣੀ ਨਾਨਕ ਬੋਲੇ ਹਰ ਹਰ ਬਾਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ। ਇੱਕ ਐਸੀ ਅਵਸਥਾ, ਇੱਕ ਐਸੇ ਸਥਾਨ ਦਾ ਨਕਸ਼ਾ ਖਿੱਚ ਕੇ ਸਾਨੂੰ ਸਮਝਾਉਂਦੇ। ਗੱਲ ਫਿਰ ਹੋਈ ਹੈ ਕਿ ਅਸੀਂ ਗੁਰਬਾਣੀ ਨੂੰ ਸਮਝਣ ਵਾਲੇ ਪਾਸੇ ਤੁਰੇ ਨਹੀਂ, ਹੈਨ ਵਿਰਲੇ ਨਾ ਹੀ ਕਣੇ। ਇਹ ਨਹੀਂ ਕਿ ਹੈ ਨਹੀਂ, ਹੈਗੇ ਨੇ, ਪਰ ਉਹ ਵਿਰਲੇ ਨੇ। ਬਹੁਤਿਆਂ ਦੀ ਗਿਣਤੀ ਤੇ ਰੋਟੀਆਂ ਕਾਰਨ ਪੂਰੇ ਤਾਲ, ਜਿਤਨੀ ਕੁ ਕਾਰਵਾਈ ਕਰਦੇ ਨੇ ਸਿਰਫ ਉਹਦਾ ਮਕਸਦ ਰੋਟੀਆਂ। ਪਰ ਜਿਸ ਅਵਸਥਾ 'ਤੇ ਗੁਰੂ ਸਾਹਿਬ ਸਾਨੂੰ ਪਹੁੰਚਾਉਣਾ ਚਾਹੁੰਦੇ, ਸਾਡੀ ਨੀਅਤ ਸਾਡੀ ਸੋਚ ਉਸ ਪਾਸੇ ਹੈ ਹੀ। ਦੇਖੋ, ਆਮ ਗ੍ਰਸਤੀਆਂ ਦੀ, ਕਿਰਤੀਆਂ ਦੀ, ਦੁਨੀਆਦਾਰਾਂ ਦੀ ਗੱਲ ਨਹੀਂ ਕਰਦਾ। ਉਹਨਾਂ ਨੇ ਤਾਂ ਬਹੁਤ ਕੰਮ ਕਰਨੇ ਨੇ, ਕਿਸੇ ਨੇ ਦੁਕਾਨਦਾਰੀ ਕਰਨੀ, ਕਿਸੇ ਨੇ ਨੌਕਰੀ ਕਰਨੀ। ਮੈਂ ਆਪਣੇ ਭਾਈਚਾਰੇ ਨੂੰ ਬੇਨਤੀ ਕਰਿਆ ਕਰਦਾ ਹਾਂ, ਪਿਆਰਿਓ, ਚਾਹੇ ਕੋਈ ਕੀਰਤਨੀਆ ਹੈ, ਚਾਹੇ ਕੋਈ ਕਥਾ ਵਾਚਕ ਹੈ, ਚਾਹੇ ਕੋਈ ਗੁਰਬਾਣੀ ਦੇ ਪਾਠ ਕਰਨ ਵਾਲਾ ਪਾਠੀ ਸਿੰਘ, ਸਾਡੇ ਤਾਂ ਦੋਵਾਂ ਹੱਥਾਂ 'ਚ ਲੱਡੂ ਨੇ। ਸਾਡੀ ਉਪਜੀਵਿਕਾ ਵੀ ਇਸ ਕੰਮ ਨਾਲ ਚੱਲ ਰਹੀ ਹੈ, ਪਰਿਵਾਰ ਵੀ ਪਲ ਰਿਹਾ, ਅਤੇ ਅਸੀਂ ਇਹਦੇ ਵਿੱਚੋਂ ਲਾਹਾ ਵੀ ਲੈ ਸਕ। ਪਰ ਨਹੀਂ, ਬਹੁ ਗਿਣਤੀ ਮੇਰੇ ਵਰਗਿਆਂ ਦੀ ਬਸ ਭੇਟਾ ਕਿੰਨੀ ਮਿਲੇਗੀ, ਭੇਟਾ ਕਿੰਨੀ ਦਿਓਗੇ, ਲੋਕਾਂ ਦੀ ਵੀ ਉਹੋ ਜਿਹੀ ਪ੍ਰਵਿਰਤੀ ਬਣਨੀ। ਲੋਕ ਵੀ ਪਹਿਲਾਂ ਪੁੱਛਦੇ ਨੇ ਕਿਤਨੀ ਭੇਟਾ ਦਿਓਗੇ, ਕਿਤਨੀ ਲਵੋਗੇ, ਬਸ ਭੇਟਾ ਦੇ ਚੱਕਰ ਵਿੱਚ ਹੀ ਕੰਮ ਰਹਿ। ਸ਼ਬਦ ਦੀ ਵਿਚਾਰ ਅਤੇ ਸ਼ਬਦ ਦਾ ਕੀਰਤਨ, ਸ਼ਬਦ ਤੋਂ ਜੀਵਨ ਜਾਚ ਸਿੱਖਣ ਵਾਲੀ ਗੱਲ ਜਿਹੜੀ ਹੈ, ਉਹਦੀ ਘਾਟ ਆਈ। ਮੈਂ ਇਹ ਨਹੀਂ ਕਹਿ ਸਕਦਾ ਕਿ ਬਿਲਕੁਲ ਨਹੀਂ, ਨਹੀਂ, ਗੁਰੂ ਸਾਹਿਬ ਨੇ ਕਿਹਾ ਹੈਨ ਵਿਰਲੇ ਨਾ ਹੀ ਕਣੇ, ਫੈਲ ਫੱਕੜ ਸੰਸਾਰ। ਤੋ ਜਿਸ ਉੱਚੀ ਅਵਸਥਾ ਵਿੱਚ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਗੱਲ ਕਰ ਰਹੇ, ਅਸੀਂ ਤਾਂ ਇਸ ਤਰ੍ਹਾਂ ਦਾ ਕਦੇ ਸੋਚਿਆ ਵੀ ਨਹੀਂ। ਤੁਸੀਂ ਆਖੋਗੇ ਇਹ ਤੁਸੀਂ ਬਾਰ ਬਾਰ ਕਹਿੰਦੇ ਹੋ, ਕਿਉਂ ਕਹਿੰਦੇ ਹੋ? ਬਈ, ਮੈਂ ਖੁਦ ਇਸ ਅਵਸਥਾ ਵਿੱਚੋਂ ਲੰਘਿਆ ਅਤੇ ਮੈਂ ਆਪਣੇ ਇਰਦ ਗਿਰਦ ਵੀ ਦੇਖਦਾ। ਥੋੜ੍ਹੇ ਦਿਨ ਹੋਏ ਮੈਂ ਕਿਸੇ ਗੁਰੂ ਪਿਆਰੇ ਦੇ ਅਕਾਲ ਚਲਾਉਣੇ ਸਮੇਂ ਕਥਾ ਕਰਨ ਲਈ ਇੰਦਰੀ ਨਗਰ 'ਚ ਗਿਆ।
ਸਾਡੇ ਜ਼ਿਲ੍ਹਾ ਕਰਨਾਲ ਵਿੱਚ ਇੰਦਰੀ ਪਿੰਡ ਬੜਾ ਮਸ਼ਹੂਰ ਹੈ। ਚਲੋ ਪ੍ਰਚਾਰਕ ਹੋਣ ਦੇ ਨਾਤੇ ਕਈ ਸੰਬੰਧ ਹੁੰਦੇ ਨੇ, ਕਈਆਂ ਦੇ ਪ੍ਰੇਮ ਕਰਕੇ ਜਾਣਾ ਪੈਂਦਾ। ਦਾਸ ਤੋਂ ਪਹਿਲਾਂ ਗੁਰੂ ਕੇ ਕੀਰਤਨੀਏ ਕੀਰਤਨ ਕਰ ਰਹੇ ਸਨ, ਪਤਾ ਨਹੀਂ ਉਹਨਾਂ ਨੂੰ ਪਤਾ ਸੀ ਕਿ ਮੈਂ ਆਉਣਾ ਹੈ ਜਾਂ ਨਹੀਂ ਆਉਣਾ, ਇਹ ਤਾਂ ਵੱਖਰੀ ਗੱਲ। ਉਹ ਕੀਰਤਨ ਕਰ ਰਹੇ ਸਨ, ਬਾਬਾ ਬੋਲਤੇ ਤੇ ਕਹਾਂ ਗਏ ਦੇਹੀ ਕੇ ਸੰਗ ਰਹਿਤੇ, ਸੁਰਤ ਮਾਹੇ ਜੋ ਨਿਰਤੇ ਕਰਤੇ ਕਥਾ ਬਾਰਤਾ ਕਹਿਤੇ, ਬਜਾਮਨ ਹਾਰੋ ਕਹਾਂ ਗਏ ਜਿਨੇ ਇਹ ਮੰਦਰ ਕੀਨਾ, ਸਾਖੀ ਸ਼ਬਦ ਸੁਰਤ ਨਹੀਂ ਉਪਜੀ ਖਿੰਚ ਤੇਜ ਤਵਲੀਨਾ। ਮੈਂ ਸਮਝ ਗਿਆ ਉਹ ਕਿਸ ਭਾਵ ਨਾਲ ਉਹ ਸ਼ਬਦ ਪੜ੍ਹ ਰਹੇ ਸਨ। ਉਹਦੇ ਕਿਸੇ ਪ੍ਰਾਣੀ ਦੇ ਅਕਾਲ ਚਲਾਣਾ ਕਰ ਜਾਣ 'ਤੇ ਗੱਲ ਟੁਕਾ ਰਹੇ ਸਨ। ਇੱਕ ਦੀ ਗੱਲ ਨਹੀਂ ਬਹੁਰਾ ਕੀ ਪੜ੍ਹਦੇ। ਜਦੋਂ ਦਾਸ ਨਮਸਕਾਰ ਕਰਕੇ ਉਹਨਾਂ ਦੇ ਨੇੜੇ ਬੈਠ ਗਿਆ, ਪਤਾ ਨਹੀਂ ਉਹਨਾਂ ਦੇ ਮਨ ਵਿੱਚ ਕੀ ਆਈ, ਕਹਿਣਗੇ ਸਤਸੰਗ ਜੀ ਇਸ ਸ਼ਬਦ ਦੀ ਕਥਾ ਗਿਆਨੀ ਜੀ ਕਰਨ। ਮੈਂ ਬੜਾ ਹੈਰਾਨ ਵੀ ਹੋਇਆ। ਹੁਣ ਸਮਾਂ ਤਾਂ ਹੁੰਦਾ ਅੱਧੇ ਘੰਟੇ ਦਾ, ਵੱਧ ਤੋਂ ਵੱਧ 45 ਮਿੰਟ, ਅਤੇ ਜਿਸ ਸਬਜੈਕਟ 'ਤੇ ਗੱਲ ਕਰਨੀ ਹੈ ਉਹਦੇ ਲਈ ਸਮਾਂ ਤਾਂ ਚਾਹੀਦਾ। ਖੈਰ ਮੈਂ ਉਹਨਾਂ ਦਾ ਬਚਨ ਸੁਣ ਲਿਆ ਅਤੇ ਥੋੜ੍ਹਾ ਇਸ਼ਾਰਾ ਕਰਦਾ। ਮੈਂ ਕਿਹਾ ਸਾਧ ਸੰਗਤ ਭਾਈ ਸਾਹਿਬ ਨੇ ਮੇਰੀ ਪ੍ਰੀਖਿਆ ਲੈਣ ਦਾ ਯਤਨ ਕੀਤਾ ਹੈ, ਭਾਵੇਂ ਇਹਨਾਂ ਨੂੰ ਜਗਿਆਸਾ ਹੈ ਸ਼ਬਦ ਦੇ ਅਰਥ ਸਮਝਣ, ਪਰ ਸ਼ਬਦ ਦੇ ਅਰਥ ਵਿਅਕਤੀਗਤ ਤੌਰ 'ਤੇ ਸਮਝਣ ਲਈ ਜਾਂ ਪਹਿਲਾਂ ਜਾਂ ਪਿੱਛੋਂ ਫਿਰ ਵੀ ਕਦੇ ਸਮਝਾਂਗਾ। ਹੁਣ ਮੈਂ ਤਾਂ ਜਿਸ ਸੰਬੰਧ ਵਿੱਚ ਆਇਆ ਉਹੀ ਗੱਲ ਕਰਾਂਗਾ। ਇਹ ਸ਼ਬਦ ਜਿਹੜਾ ਇਹਦਾ ਮ੍ਰਿਤਕ ਨਾਲ ਕੋਈ ਸੰਬੰਧ ਨਹੀਂ, ਅਸੀਂ ਇਹਨੂੰ ਮ੍ਰਿਤਕ 'ਤੇ ਜੋੜ ਰਹੇ। ਇੱਕ ਅਵਸਥਾ ਹੈ, ਪਹਿਲਾਂ ਉਹ ਅਵਸਥਾ ਸੀ ਜਦੋਂ ਇਹ ਮਨ ਨੱਚਦਾ ਸੀ, ਕੁੱਦਦਾ ਸੀ, ਉਹ ਕਰਦਾ ਸੀ, ਉਹ ਕਰਦਾ, ਜਦੋਂ ਇਹ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਦੇ ਅਧੀਨ ਸੀ। ਪਰ ਜਦੋਂ ਪ੍ਰਭੂ ਸਿਮਰਨ ਵਿੱਚ ਜੁੜਿਆ ਫਿਰ ਇਹ ਅਵਸਥਾ ਬਦਲ ਗਈ। ਗਗਨ ਨਗਰ ਇੱਕ ਬੂੰਦ ਨਾ ਬਰਖੇ, ਨਾਦ ਕਹਾਂ ਜੋ ਸਮਾਨਾ। ਭਾਵ ਜਦੋਂ ਕੋਈ ਪਰਮਾਤਮਾ ਦੇ ਸਿਮਰਨ ਵਿੱਚ ਜੁੜ ਜਾਂਦਾ, ਜਦੋਂ ਕਿਸੇ ਨੂੰ ਇਹ ਰਸ ਆ ਜਾਂਦਾ, ਫਿਰ ਉਹਦੀ ਉਹ ਚੰਚਲਤਾ, ਉਹ ਸਾਰੀਆਂ ਗੱਲਾਂ ਮੁੱਕ ਜਾਂਦੀਆਂ। ਗੁਰਬਾਣੀ ਗੁਰੂ ਜੀ ਰੋਜ਼ ਸਾਨੂੰ ਕਹਿੰਦੇ, ਹਰ ਰਸ ਕਾ ਤੂੰ ਚਾਖੈ ਸਾਧ, ਚਾਖਤ ਹੋਏ ਰਹੇ ਬਿਸਮਾਦ। ਹੇ ਪ੍ਰਾਣੀ, ਹੇ ਮਨ, ਜੇ ਤੂੰ ਹਰੀ ਦੇ ਰਸਤਾ ਚੱਲ ਇੱਕ ਵਾਰੀ ਸਵਾਦ ਵੇਖ ਲੈ, ਤੂੰ ਬਿਸਮਾਦ ਹੋ ਜਾ। ਆ ਤੇਰੀ ਸਾਰੀ ਜਿਹੜੀ ਚੰਚਲਤਾਈ ਹੈ, ਚਲਾਕੀ, ਉਹ ਸਭ ਖਤਮ ਹੋ ਜਾਣ। ਤੂੰ ਮੇਰਾ ਕਹਿਣ ਦਾ ਮਤਲਬ, ਅਸੀਂ ਗੁਰਬਾਣੀ ਨੂੰ ਸਮਝਣ ਵਾਲੇ ਪਾਸੇ ਬਹੁਤ ਘੱਟ ਧਿਆਨ ਦੇ ਰਹੇ। ਮੈਂ ਤਾਂ ਆਪਣੇ ਰੋਮ ਰੋਮ ਕਰਕੇ ਅਕਾਲ ਪੁਰਖ ਦਾ ਸ਼ੁਕਰਾਨਾ ਕਰਦਾ ਅਤੇ ਚੜ੍ਹਦੀ ਕਲਾ ਟਾਈਮ TV ਦੇ ਸੇਵਕਾਂ ਲਈ ਅਰਦਾਸ ਕਰਦਾ, ਵਾਹਿਗੁਰੂ ਇਹਨਾਂ ਨੂੰ ਹੋਰ ਬਲ ਬਖਸ਼ੇ। ਦੇਖੋ ਇਹਨਾਂ ਦੇ ਇਸ ਉੱਦਮ ਉਪਰਾਲੇ ਦੇ ਨਾਲ ਇੱਕ ਇੱਕ ਸ਼ਬਦ ਨੂੰ ਵਿਚਾਰਨ ਦਾ ਅਵਸਰ। ਫਿਰ ਮੈਂ ਉਹਨਾਂ ਵਿਦਵਾਨਾਂ ਦੇ ਸਟੀਕ ਵੀ ਪੜ੍ਹਨਾ ਜਿਨ੍ਹਾਂ ਨੇ ਇੱਕ ਇੱਕ ਸ਼ਬਦ ਦੇ 5-5 ਅਰਥ ਕੀਤੇ। ਠੀਕ ਹੈ, ਉਹਨਾਂ ਦੀ ਵਿਦਵਤਾ ਹੈ, ਉਹਨਾਂ ਨੂੰ ਨਮਸਕਾਰ ਹੈ, ਪਰ ਜਿਹੜੀ ਗੱਲ ਗੁਰੂ ਪਾਤਸ਼ਾਹ ਨੇ ਸਾਨੂੰ ਸਮਝਾਈ ਹੈ, ਜੇ ਅਸੀਂ ਉਹ ਨਾ ਸਮਝ ਸਕੇ
ਫਿਰ ਨਿਰੀ ਵਿਧਵਤਾ ਵੀ ਕੀ ਕਰੇਗੀ? ਗੁਰੂ ਨਾਨਕ ਦੇਵ ਜੀ ਨੇ ਜਪਜੀ ਸਾਹਿਬ ਵਿੱਚ ਪੰਜ ਖੰਡ ਲਿਖੇ ਨੇ। ਮੈਂ ਹਮੇਸ਼ਾ ਬੇਨਤੀ ਕਰਦਾ, ਮੈਂ ਖੁਦ ਵੀ ਖੰਡ ਨਹੀਂ ਸੀ ਸਮਝਦਾ। ਬੜੀ ਦੇਰ ਬਾਅਦ ਗੁਰੂ ਨੇ ਕਿਰਪਾ ਕੀਤੀ ਕਿ ਪੰਜ ਖੰਡ ਕੀ ਨੇ, ਪੰਜ ਅਵਸਥਾਵਾਂ ਨੇ। ਸਭ ਤੋਂ ਪਹਿਲੇ ਖੰਡ ਦਾ ਨਾਮ ਗੁਰੂ ਨਾਨਕ ਦੇਵ ਜੀ ਨੇ ਧਰਮ ਖੰਡ ਕਿਹਾ। ਜਿਹੜਾ ਧਰਮ ਕਮਾਵੇਗਾ ਉਹ ਫਿਰ ਗਿਆਨ ਖੰਡ ਵਿੱਚ ਪਹੁੰਚ ਜਾਏਗਾ। ਗਿਆਨ ਦਾ ਅਰਥ ਹੈ ਨੌਲੇਜ ਹੋ ਜਾਣੀ, ਸੋਝੀ ਹੋ ਜਾਣੀ, ਪਰ ਹੋਵੇਗੀ ਉਸਨੂੰ ਜਿਹੜਾ ਧਰਮ ਖੰਡ ਵਿੱਚੋਂ ਪਾਸ ਹੋਵੇ। ਦੇਖੋ, ਪਹਿਲੀ ਕਲਾਸ ਵਿੱਚ ਪਾਸ ਨਹੀਂ ਤਾਂ ਦੂਜੀ ਕਿਵੇਂ ਚੜ੍ਹੇਗਾ? ਦੂਜੀ ਪਾਸ ਨਹੀਂ ਤੀਜੀ ਕਿਵੇਂ ਚੜ੍ਹੇ? ਮੈਂ ਤਾਂ ਇਸ ਨੂੰ ਬਹੁਤ ਹੀ ਗੁਰੂ ਸਾਹਿਬ ਦੀ ਕਿਰਪਾ ਸਮਝਣਾ। ਮੈਂ ਕਹਿੰਦਾ ਹੁੰਦਾ ਵੀ ਮਹਿਕਮਾ ਐਜੂਕੇਸ਼ਨ ਨੇ BA ਨੂੰ ਪਾਸ ਕਰਨ ਵਾਸਤੇ 3 ਸਾਲਾਂ ਵਿੱਚ ਵੰਡ ਦਿੱਤਾ, ਫਸਟ ਈਅਰ, ਸੈਕਿੰਡ ਈਅਰ ਅਤੇ ਫਾਈਨਲ। ਕਿਉਂ? ਇਸ ਲਈ ਕਿ ਇਹ ਜਿਹੜੀ ਪੜ੍ਹਾਈ ਹੈ ਇਹ 1 ਸਾਲ ਵਿੱਚ ਨਹੀਂ ਹੋ ਸਕਦੀ, ਉਹਨਾਂ ਨੇ 3 ਹਿੱਸਿਆਂ ਵਿੱਚ ਵੰਡੀ। ਇਸੇ ਤਰ੍ਹਾਂ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਕਿਰਪਾ ਕੀਤੀ ਸਾਡੇ ਜਗਿਆਸੂਆਂ, ਉਹਨੂੰ 5 ਖੰਡਾਂ ਵਿੱਚ ਵੰਡ ਦਿੱਤਾ, ਪੋਰਸ਼ਨ, ਹਿੱਸੇ ਬਣਾ ਦਿੱਤੇ। ਸਭ ਤੋਂ ਪਹਿਲੇ ਖੰਡ ਦਾ ਨਾਮ ਹੈ ਧਰਮ ਖੰਡ। ਜਿਹਨੂੰ ਧਰਮ ਆ ਜਾਏਗਾ, ਆਪਣੀ ਡਿਊਟੀ ਦੀ, ਆਪਣੇ ਫਰਜ਼ਾਂ ਦੀ ਸਮਝ ਆ ਜਾਏਗੀ, ਉਹ ਗਿਆਨ ਖੰਡ ਵਿੱਚ ਪ੍ਰਵੇਸ਼ ਕਰੇਗਾ। ਅਤੇ ਜਿਹਨੂੰ ਗਿਆਨ ਹੋ ਜਾਏਗਾ ਉਹ ਫਿਰ ਸ਼ਰਮ ਖੰਡ ਵਿੱਚ ਪਹੁੰਚੇਗਾ, ਮਿਹਨਤ ਕਰੇਗਾ। ਅਤੇ ਜਿਹੜਾ ਭਾਈ ਘਰ ਨਾ ਘਰ ਲਏਗਾ ਫਿਰ ਉਹ ਕਰਮ ਖੰਡ ਵਿੱਚ ਪਹੁੰਚ ਜਾਏ। ਕਰਮ ਖੰਡ ਦਾ ਅਰਥ ਹੈ ਬਖਸ਼ਿਸ਼ ਦਾ ਖੰਡ, ਉਹ 'ਤੇ ਮਿਹਰ ਹੋ ਜਾਏਗੀ। ਅਤੇ ਜਿਹਦੇ 'ਤੇ ਕਰਮ ਖੰਡ ਦੀ ਮਿਹਰ ਹੋ ਗਈ ਉਹ ਫਿਰ ਸੱਚਖੰਡ 'ਚ ਪਹੁੰਚ ਜਾਏ। ਸੱਚਮੁੱਚ ਇਸੇ ਤਰ੍ਹਾਂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਬੜੀ ਕਿਰਪਾ ਕੀ, ਇਸ ਪਾਵਨ ਸ਼ਬਦ ਦੇ ਅੰਦਰ ਉਹ 'ਚ ਉਸ ਅਵਸਥਾ ਦਾ ਇੱਕ ਜ਼ਿਕਰ ਕਰਕੇ ਸਾਡੇ ਅੰਦਰ ਜਗਿਆਸਾ ਪੈਦਾ ਕਰਨ ਦਾ ਉਪਕਾਰ ਕੀਤਾ। ਭਾਵੇਂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਨੇ ਵੀ ਇਸ ਅਵਸਥਾ ਦਾ ਜ਼ਿਕਰ ਬੜੇ ਸਰਲ ਸ਼ਬਦਾਂ ਵਿੱਚ ਕੀਤਾ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੇ, ਸੁੱਖ ਸੁਨੇਹ ਅਰ ਭੈ ਨਹੀਂ ਜਾਕੇ, ਕੰਚਨ ਮਾਟੀ ਮੰਨੇ, ਨਾ ਨਿੰਦਿਆ ਨਾ ਉਸਤਤ ਜਾਕੇ, ਲੋਭ ਮੋਹ ਅਭਿਮਾਨਾ ਹਰਕ ਸੋਗ ਤੇ ਰਹਿ ਨਿਆਰੋ, ਨਾ ਹੈ ਮਾਨ ਅਪਮਾਨਾ, ਆਸਾ ਮਨਸਾ ਸਗਲ ਤੇ ਆਗੈ, ਜਗ ਤੇ ਰਹਿ ਨਿਰਾਸਾ, ਕਾਮ ਕ੍ਰੋਧ ਜੇ ਪਰਸੈ ਨਾਹਿਨ, ਤੇ ਘਟ ਬ੍ਰਹਮ ਨਿਵਾਸਾ, ਗੁਰ ਕਿਰਪਾ ਜੇ ਨਰਕ ਹੋ ਕੀਨੀ, ਤੇ ਇਹ ਜੁਗਤ ਪਛਾਨੀ, ਨਾਨਕ ਲੀਨ ਭਇਓ ਗੋਬਿੰਦ ਸਿਓ, ਜਿਉਂ ਪਾਣੀ ਤੰਗ ਪਾਣੀ। ਗੁਰੂ ਸਾਹਿਬਾਨ ਨੇ ਬੜੀ ਕਿਰਪਾ ਕੀਤੀ ਸਾਡੇ ਲਈ, ਪੂਰਨੇ ਪਾਏ, ਰਸਤਾ ਦੱਸਿਆ, ਪਰ ਅਸੀਂ ਤਾਂ ਹੁਜਤਾਂ ਕਰਨ ਤੋਂ ਨਹੀਂ ਹਟਦੇ। ਗੱਲ ਹੈ ਨਗਰ ਕੀਰਤਨ ਤੋਂ ਬਾਅਦ ਭਾਈ ਬਲਵਿੰਦਰ ਸਿੰਘ ਸਹਿਜ ਪਾਠ ਸੇਵਾ ਵਾਲੇ ਪਰੇ ਰਹੇ ਸਨ। ਭਾਈ ਕਲਗੀਆਂ ਵਾਲੇ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਵਾਲੇ ਦਿਨ ਅੰਮ੍ਰਿਤ ਸੰਚਾਰ ਹੋਣਾ, ਅੰਮ੍ਰਿਤ ਛਕੋ, ਗੁਰੂ ਦੀ ਰਹਿਤ ਪਹਿਤ ਦੇ ਧਾਰਨੀ ਹੋ ਕੇ ਆਪਣਾ ਜੀਵਨ ਜੀ। ਉਹਨਾਂ ਨੇ ਇੱਕ ਦਲੀਲ ਦਿੱਤੀ, ਜੀ ਲੋਕ ਕੀ ਕਹਿੰਦੇ ਨੇ, ਸਾਡੇ 'ਤੇ ਜੀ ਕਿਰਪਾ ਨਹੀਂ ਹੋਈ। ਉਹ ਭਲੇ ਲੋਕੋ, ਸ਼ਰਾਬ ਪੀਣ ਦੀ ਕਿਰਪਾ ਹੋ ਗਈ ਹੈ,
ਝੂਠ ਬੋਲਣ ਦੀ ਕਿਰਪਾ ਹੋ ਗਈ ਹੈ, ਨਿੰਦਾ ਚੁਗਲੀ ਬਖੀਲੀ ਕਰਨ ਦੀ ਕਿਰਪਾ ਹੋ ਗਈ, ਕੋਈ ਪਰਮਿਸ਼ਨ ਮਿਲੀ ਹੈ ਤੁਹਾਨੂੰ, ਬਸ ਹੁਜਤਾ ਕਰੀ ਨਾ ਪਿਆਰੇ ਹੋ। ਆਓ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ, ਆਓ ਮੈਂ ਤੁਹਾਨੂੰ ਦੱਸਾਂ ਸਹਿਜ ਕਥਾ ਪ੍ਰਭ ਕੀ ਅਤ ਮਿੱਠੀ। ਸਹਿਜ ਕਥਾ ਇਹ ਹੁਣ ਇੱਕ ਅਵਸਥਾ ਹੈ, ਇਹ ਉਹ ਅਵਸਥਾ ਹੈ ਜਦੋਂ ਮਨੁੱਖ ਦੇ ਅੰਦਰ ਅਡੋਲਤਾ ਆ ਜਾਂਦੀ। ਅਡੋਲਤਾ ਕਿਹਦੇ ਅੰਦਰ ਆਉਂਦੀ? ਜਿਹੜਾ ਪਰਮਾਤਮਾ ਨਾਲ ਜੁੜ ਜਾਂਦਾ, ਕਿਉਂਕਿ ਉਹ ਪਰਮਾਤਮਾ ਵਰਗਾ ਹੋ ਜਾਂਦਾ। ਜਿਨ੍ਹਾਂ ਨਾ ਵਿਸਰੇ ਨਾਮ ਸੇ ਕਨੇਹਾ, ਭੇਦ ਨਾ ਜਾਣੋ ਮੂਲ ਸਾਈਂ ਜਿਹਾ। ਕਲਗੀਆਂ ਵਾਲੇ ਪਾਤਸ਼ਾਹ ਵੀ ਫਰਮਾਉਂਦੇ, ਹਰ ਜਨ ਦੋਏ ਏਕ ਹੈ, ਬਿਬ ਵਿਚਾਰ ਕਛ ਨਾਹੀਂ, ਜਲ ਤੇ ਉਪਜ ਤਰੰਗ ਜਿਉਂ, ਜਲ ਹੀ ਵਿਕੈ ਤਮਾਹੀਂ। ਆਖਿਆ ਇਹ ਉਹ ਅਵਸਥਾ ਹੈ, ਸਹਿਜ ਕਥਾ ਪ੍ਰਭ ਕੀ ਅਤ ਮਿੱਠੀ, ਜਿਹੜੀ ਇਹ ਪ੍ਰਭੂ ਦੀ ਕਥਾ ਵਿਚਾਰ ਸਹਿਜ ਅਵਸਥਾ ਵਿੱਚ ਕਰ, ਇਹ ਬਹੁਤ ਹੀ ਮਿੱਠੀ। ਇਹਦੀ ਮਿਠਾਸ ਬਾਰੇ ਦੱਸਿਆ ਨਹੀਂ ਜਾ ਸਕਦਾ। ਕਹੋ ਕਬੀਰ ਗੂੰਗੇ ਗੁੜ ਖਾਇਆ, ਪੂਛੇ ਤੇ ਕਿਆ ਕਹੀਏ। ਸਹਿਜ ਕਥਾ ਪ੍ਰਭ ਕੀ ਅਤ ਮਿੱਠੀ, ਅਖਰੀ ਅਰਥ ਤੁਸੀਂ ਵੀ ਜਾਣਦੇ ਹੋ, ਮੈਂ ਵੀ ਜਾਣਦਾ, ਪਰ ਦੇਖੀਏ ਇਹਦੇ 'ਚ ਕੀ ਰਹੱਸ। ਆਖਿਆ ਉਸ ਆਤਮਕ ਅਡੋਲਤਾ ਵਿੱਚ ਟਿਕ ਕੇ ਪ੍ਰਭੂ ਦੀ ਕਥਾ, ਪ੍ਰਭੂ ਦਾ ਵਰਣਨ, ਪ੍ਰਭੂ ਦੀ ਸਿਫ਼ ਸਲਾਹ ਕਰਨ। ਐਵੇਂ ਥੋੜ੍ਹਾ ਗੁਰੂ ਨਾਨਕ ਪਾਤਸ਼ਾਹ ਜਿਸ ਨੂੰ ਬਖਸ਼ੇ ਸਿਫਤ ਸਾਲਾ ਨਾਨਕ ਪਾਤਸ਼ਾਹੀ ਪਾਤਸ਼ਾਹ। ਸਹਿਜ ਕਥਾ ਪ੍ਰਭ ਕੀ ਅਤ ਮਿੱਠੀ, ਵਿਰਲੇ ਕਾਹੂ ਨੇਤਰੋਂ ਡੀਠੀ। ਕਿਸੇ ਵਿਰਲੇ ਭਾਗਾਂ ਵਾਲੇ ਨੇਤਰੋਂ ਡੀਠੀ, ਭਾਵ ਇਸ ਨੂੰ ਮਾਣਿਆ, ਇਸ ਦਾ ਆਨੰਦ ਜਾਣਿਆ। ਇਹ ਕਿਸੇ ਵਿਰਲੇ ਨੂੰ ਇਸ ਅਵਸਥਾ ਦੀ ਸੋਝੀ ਆਈ? ਕਿਸ ਨੂੰ ਆਈ? ਜਿਸ 'ਤੇ ਗੁਰੂ ਦੀ ਕਿਰਪਾ ਹੋ ਗਈ। ਅਸੀਂ ਤਾਂ ਦਿਖਾਵਿਆਂ ਵਿੱਚ ਲੱਗੇ ਹੋਏ, ਕਿਸੇ ਨੇ ਪੱਗ ਦਾ ਸਟਾਈਲ ਕੋਈ ਬਣਾ ਲਿਆ, ਕਿਸੇ ਨੇ ਚੋਲਾ ਕਿਸੇ ਤਰ੍ਹਾਂ ਦਾ ਪਾ ਲਿਆ ਹੈ, ਕਿਸੇ ਨੇ ਮੈਚ ਕਰਨ 'ਤੇ ਲੱਗੇ ਹੋਏ ਨੇ। ਅਰੇ ਨਹੀਂ, ਇਹਨਾਂ ਚੀਜ਼ਾਂ ਦਾ ਇਹਨਾਂ ਨਾਲ ਕੋਈ ਤਲਕ ਨਹੀਂ। ਇਹ ਤਾਂ ਅਵਸਥਾ ਦੀ ਗੱਲ। ਮਨ ਰੇ ਗਹਿਓ ਨ ਗੁਰੂ ਉਪਦੇਸ਼, ਕਾਂ ਭਇਓ ਜੋ ਮੂੜ ਮੁੰਡਾਇਓ, ਭਗਵੋ ਕੀਨੋ ਭੇਸ। ਕੀ ਕਮਾਈ ਕੀਤੀ? ਗੁਰੂ ਦਾ ਉਪਦੇਸ਼ ਤਾਂ ਮੰਨਿਆ ਨਹੀਂ, ਡੇਰਾ ਵੱਖਰਾ ਬਣਾ ਲਿਆ, ਮਰਿਆਦਾ ਵੱਖਰੀ ਬਣਾ ਲਈ, ਚੇਲੇ ਚਾਲੇ ਵੱਖਰੇ ਰੱਖ ਲਏ, ਗੁਰੂ ਦਾ ਮੁਕਾਬਲਾ ਕਰਨ ਲੱਗ। ਉਹੋ ਜਿਹੇ ਚੇਲੇ, ਮੈਂ ਜੀ ਫਲਾਣੀ ਤੋਂ ਅੰਮ੍ਰਿਤ ਛਕਿਆ, ਉਹ ਅੰਮ੍ਰਿਤ ਤਾਂ ਗੁਰੂ ਦਾ, ਕਿਸੇ ਦੇ ਪਿਓ ਦਾ ਅੰਮ੍ਰਿਤ ਕੀ ਕਰ ਰਹੇ? ਇਸ ਗੱਲ ਨੇ ਸਾਡਾ ਬੜਾ ਨੁਕਸਾਨ ਕੀਤਾ। ਜੋ ਕੁਝ ਗੁਰੂ ਪਾਤਸ਼ਾਹ ਸਾਨੂੰ ਜਿਸ ਅਵਸਥਾ 'ਤੇ ਪਹੁੰਚਾਉਣਾ ਚਾਹੁੰਦੇ, ਅਸੀਂ ਉੱਧਰ ਤੁਰ ਹੀ ਨਹੀਂ। ਸਹਿਜ ਕਥਾ ਪ੍ਰਭ ਕੀ ਅਤ ਮਿੱਠੀ, ਅਤ ਮਿੱਠੀ, ਜਿਹਦੀ ਮਿਠਾਸ ਸ਼ਬਦਾਂ ਨਾਲ ਬਿਆਨ ਹੀ ਨਹੀਂ ਕੀਤੀ ਜਾ ਸਕਦੀ। ਪਰ ਵਿਰਲੇ ਕਾਹੂ ਨੇਤਰੋਂ ਡੀਠੀ, ਕਿਸੇ ਵਿਰਲੇ ਭਾਗਾਂ ਵਾਲੇ ਨੇ ਇਹਨੂੰ ਮਾਣਿਆ ਹੈ, ਇਸ ਅਵਸਥਾ ਤੱਕ ਪਹੁੰਚਿਆ ਹੈ। ਆਓ ਇਸ ਦਾ ਵਰਣਨ ਪਾਤਸ਼ਾਹ ਕਿਵੇਂ ਕਰਦੇ। ਸੂਖ ਮਹਿਲ ਜਾ ਕੇ ਊਚ ਦੁਆਰੇ, ਉਸ ਅਵਸਥਾ ਵਿੱਚ
ਸੁੱਖ ਮਹਿਲ, ਉਹ ਮਹਿਲ, ਉਹ ਟਿਕਾਣਾ ਜਿੱਥੇ ਸੁੱਖ ਹੀ ਸੁੱਖ, ਜਿੱਥੇ ਦੁੱਖ ਦਾ ਜ਼ਿਕਰ ਹੀ ਕੋਈ ਨਹੀਂ, ਜਾ ਕੇ ਊਚ ਦੁਆਰੇ, ਉਸ ਵਾਹਿਗੁਰੂ ਦੇ ਉਹ ਦੁਆਰੇ। ਇਹ ਸ੍ਰੀ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਤਿੰਨ ਵਾਰੀ ਇਹ ਪੌੜੀ ਕਹੀ, ਸੋ ਦਰ ਕੇ ਹਾਂ, ਸੋ ਦਰ ਕੇ ਹਾਂ, ਜਿਤ ਬੈ ਸਰਬ ਸੰਭਾਲੇ, ਵਾਜੇ ਨਾ ਦੇ ਅਨੇਕ ਅਸੰਖਾਂ, ਕੇਤੇ ਵਾਹਮਣ ਹਾਰੇ, ਕੇਤੇ ਰਾਗ ਭਰੀ ਚੋਂ ਕਹੀਆਂ, ਕੇਤੇ ਗਾਵਣ ਹਾਰੇ। ਸਾਰੀ ਪੌੜੀ ਧਿਆਨ ਨਾ ਪੜੋ। ਆਖਿਆ ਉਹ ਨਗਰ, ਉਹ ਅਵਸਥਾ ਬੈਕੁੰਠ ਅਵਸਥਾ। ਕਬੀਰ ਜੀ ਨੇ ਤੇ ਕਿਹਾ, ਕਹੋ ਕਬੀਰ ਅਬ ਕਹੀਏ ਕਾਹੇ, ਸਾਧ ਸੰਗਤ ਬੈਕੁੰਠ ਹੈ ਆਹੇ। ਓਏ ਲੋਕੋ, ਜਿਸ ਬੈਕੁੰਠ ਦਾ ਤੁਸੀਂ ਜ਼ਿਕਰ ਕਰ ਰਹੇ ਹੋ, ਉਹ ਇੱਥੇ ਹੀ ਹੈਗਾ। ਕਈ ਵਾਰੀ ਪ੍ਰੇਰਿਤ ਹੈ ਭਾਈ, ਕਰ ਇਸ਼ਨਾਨ ਸਿਮਰ ਪ੍ਰਭੇ ਆਪਣਾ, ਮਨ ਤਨ ਭੈ ਅਰੋਗਾ, ਕੋਟ ਬਿਘਨ ਲਾਥੇ ਪ੍ਰਭ ਸਰਣਾ, ਪ੍ਰਗਟੇ ਭਰੇ ਸੰਜੋਗਾ, ਪ੍ਰਭ ਬਾਣੀ ਸ਼ਬਦ ਸੁਪਾਖੇ ਆ, ਗਾਵੋ ਸੁਣੋ ਪੜੋ ਨਿਤ ਭਾਈ, ਗੁਰ ਪੂਰੇ ਤੂੰ ਰਾਖਿਆ ਰਹਾਓ। ਬਸ ਅਸੀਂ ਹੁਜਤਾਂ ਕਰੀ ਜਾ। ਗੁਰੂ ਰਾਮਦਾਸ ਜੀ ਤੇ ਕਹਿੰਦੇ, ਪਿਆਰਿਓ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲਕੇ ਉੱਠ ਹਰ ਨਾਮ ਤੇ ਆਵੇ। ਉੱਦਮ ਕਰੇ ਭਲਕੇ ਪਰਭਾਤੀ, ਇਸ਼ਨਾਨ ਕਰੇ ਅੰਮ੍ਰਿਤਸਰ ਨਾਵੇ। ਫਿਰ ਆਖਣਗੇ, ਜੀ ਰੋਜ਼ ਅੰਮ੍ਰਿਤਸਰ ਕੌਣ ਜਾਏ? ਅਰੇ ਜਿਹੜੀ ਗੁਰੂ ਦੀ ਸੰਗਤ ਹੈ ਨਾ, ਜਿੱਥੇ ਬਹਿ ਕੇ ਨਾਮ ਜਪਿਆ ਜਾਂਦਾ, ਬਾਣੀ ਪੜ੍ਹੀ ਜਾਂਦੀ, ਵਿਚਾਰ ਕੀਤੀ ਜਾਂਦੀ, ਉਹ ਬੈਕੁੰਠ ਹੈ, ਉਹ ਅੰਮ੍ਰਿਤਸਰ ਹੈ, ਜਿੱਥੇ ਸਹਿਜ ਕਥਾ ਪ੍ਰਭ ਕੀ ਅਤ ਮਿੱਠੀ, ਵਿਰਲੇ ਕਾਹੂ ਨੇਤਰੋਂ ਡੀਠੀ, ਸੁੱਖ ਮਹਿਲ ਜਾ ਕੇ ਊਚ ਦੁਆਰੇ, ਤਾਂ ਮੈਂ ਵਾਸਤੇ ਭਗਤ ਪਿਆਰੇ। ਦੇਖੋ ਹੁਣ ਇੱਥੇ ਭਗਤ ਦਾ ਤੱਤਾ ਮੁਕਤਾ ਹੈ, ਇਹ ਪਲੂਰਲ ਬਹੁ ਵਚਨ। ਉਸ ਉੱਚੀ ਅਵਸਥਾ ਵਿੱਚ ਜਿਹੜੇ ਪ੍ਰਭੂ ਦੇ ਪਿਆਰੇ ਭਗਤ ਨੇ ਉਹ ਵੱਸਦੇ ਹਨ, ਅਤੇ ਉੱਥੇ ਕੀ ਕਰਦੇ ਨੇ? ਸਹਿਜ ਕਥਾ ਪ੍ਰਭ ਕੀ ਅਤ ਮਿੱਠੀ, ਵਿਰਲੇ ਕਾਹੂ ਨੇਤਰੋਂ ਡੀਠੀ, ਰਹਾਓ ਤਾਂ ਗੀਤ ਨਾਦ ਅਖਾਰੇ ਸੰਗਾ। ਇਹਨੂੰ ਤੈਅ ਨਹੀਂ ਬੋਲਣਾ, ਤਾਂ ਇਹ ਉਸ ਸਥਾਨ ਦਾ ਇਸ਼ਾਰਾ ਹੈ। ਪਰ ਆਮ ਹੁਣ ਤੈਅ ਹੀ ਬੋਲਦੇ, ਕਿਸੇ ਨੂੰ ਰੋਕਣ ਟੋਕਣ ਦੀ ਤਾਂ ਕੋਈ ਗੱਲ ਰਹੀ ਨਹੀਂ। ਅੱਗੋਂ 10 ਪੰਗਤੀਆਂ ਸੁਣਾਉਣਗੇ। ਆਪਸ ਕੋ ਦੀਰਘ ਕਰ ਜਾਣੇ, ਔਰਨ ਕੋ ਲਗ ਮਾਤ। ਭਾਈ ਨਹੀਂ, ਗੁਰਬਾਣੀ ਦੇ ਵਿੱਚੋਂ ਸਿੱਖੀ ਹੈ, ਤੈਂ ਵੀ ਆਉਂਦਾ, ਤੈਂ ਵੀ ਆਉਂਦਾ। ਜਿੱਥੇ ਤੱਤੇ ਨੂੰ ਸਿਹਾਰੀ ਹਾ ਹਾ ਤੈਂ ਬੋਲੋ, ਜਿੱਥੇ ਤੱਤਾ ਹਾਏ ਨੂੰ ਸਿਹਾਰੀ ਤੈਂ ਬੋਲੋ। ਇੱਥੇ ਤਾਂ ਕੋਈ ਸਿਹਾਰੀ ਬਿਹਾਰੀ ਹੈ ਨਹੀਂ, ਇੱਥੇ ਤਾਂ ਤਾਂ ਹੈ, ਦੋਵੇਂ ਅੱਖਰ ਮੁਕਤੇ ਨੇ। ਇੱਕ ਅਵਸਥਾ ਦਾ ਜ਼ਿਕਰ ਹੈ, ਤਾਂ ਗੀਤ ਨਾਦ ਅਖਾਰੇ ਚੰਗਾ। ਉੱਥੇ ਫਿਰ ਪਰਮਾਤਮਾ ਦੀ ਕੀਰਤੀ ਦੇ ਗੀਤ ਗਾਏ ਜਾਂਦੇ ਨੇ, ਉੱਥੇ ਅਖਾੜੇ ਲੱਗਦੇ ਨੇ। ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਜਦੋਂ ਰੈਣ ਸਵਾਈ ਕੀਰਤਨ ਕਰਦੇ, ਉਹਨੂੰ ਅਖਾੜਾ ਕਹਿੰਦੇ ਨੇ, ਉੱਥੇ ਅਖਾੜੇ ਲੱਗਣਗੇ। ਪਰਮਾਤਮਾ ਦੀ ਜਿੱਥੇ ਕੀਰਤੀ ਹੋਵੇਗੀ, ਉਹ ਕੀਰਤਨ ਅਖਾੜਾ ਹੈ। ਅਤੇ ਊਹਾਂ ਸੰਤ ਕਰੇ ਹਰ ਰੰਗਾ, ਉਸ ਅਵਸਥਾ ਵਿੱਚ ਜਿਹੜੇ ਵਾਹਿਗੁਰੂ ਦੇ ਪਿਆਰੇ ਸੰਤ ਨੇ, ਕਰੇ ਹਰ ਰੰਗਾ, ਹਰੀ ਦੇ ਰੰਗ ਵਿੱਚ ਭਿੱਜ ਕੇ ਉਹ ਕੀਰਤਨ ਕਰ। ਸਤ ਸੰਗਤ, ਮੈਂ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਦਾ ਕੀਰਤਨ ਸੁਣਿਆ, ਗੁਰਦੁਆਰਾ ਮਸਤਗੜ ਸਾਹਿਬ ਸ਼ਾਹਬਾਦ ਮਾਰਕੰਡਾ ਵਿਖੇ ਰਹਿਣ ਸਭਾਈ ਕੀਰਤਨ। ਭਾਈ ਸਾਹਿਬ 7 ਵਜੇ ਕੀਰਤਨ ਕਰਨ ਬੈਠੇ, ਸਵੇਰੇ 7 ਵਜੇ, 12 ਘੰਟੇ ਉਹਨਾਂ ਨੇ ਅੱਖ ਨਹੀਂ ਚਮਕੀ, ਗੋਡਾ ਨਹੀਂ ਚੱਕਿਆ, ਸਰੀਰ ਨਹੀਂ ਹਿਲੇ, ਬਸ ਕੀਰਤਨ ਕਰਨ।
ਤਾਂ ਗੀਤ ਨਾਦ ਅਖਾਰੇ ਸੰਗਾ ਊਹਾਂ ਸੰਤ ਕਰੇ ਹਰੇ ਰੰਗਾ। ਉਸ ਅਵਸਥਾ ਵਿੱਚ ਫਿਰ ਕੀ ਹੁੰਦਾ? ਤਾਂ ਮਰਨ ਨ ਜੀਵਨ ਸੋਗ ਨ ਹਰਕਾ। ਉੱਥੇ ਜੰਮਣ ਮਰਨ ਦੀ ਗੱਲ ਹੀ ਮੁੱਕ ਜਾਂਦੀ, ਉੱਥੇ ਸੋਗ ਚਿੰਤਾ ਅਤੇ ਖੁਸ਼ੀ ਦੀ ਗੱਲ ਹੀ ਮੁੱਕ ਜਾਂਦੀ। ਉੱਥੇ ਤਾਂ ਸੱਚ ਨਾਮ ਕੀ ਅੰਮ੍ਰਿਤ ਵਰਖਾ, ਸੱਚੇ ਨਾਮ ਦੀ ਅੰਮ੍ਰਿਤ ਵਰਖਾ। ਪਰ ਗੁਰੂ ਅਰਜਨ ਦੇ ਪਾਤਸ਼ਾਹ ਕਹਿੰਦੇ ਨੇ ਇਹ ਗੱਲ ਕਿਸ ਨੂੰ ਕਦੋਂ ਸਮਝ ਆਈ? ਗੋਹਜ ਕਥਾ ਇਹ ਗੁਰ ਤੇ ਜਾਣੀ। ਗੋਹਜ ਉਸ ਗੱਲ ਨੂੰ ਕਹਿੰਦੇ ਜਿਹੜੀ ਬੜੀ ਡੂੰਘੀ ਹੋਵੇ, ਜਿਸ ਨੂੰ ਸਮਝਣ ਵਾਸਤੇ ਬੜੀ ਮੁਸ਼ਕਲ ਹੋਵੇ, ਉਹਨੂੰ ਕਹਿੰਦੇ ਗੋਹਜ ਗੱਲ ਹੈ। ਗੋਹਜ ਕਥਾ ਇਹ ਗੁਰ ਤੇ ਜਾਣੀ, ਨਾਨਕ ਬੋਲੇ ਹਰ ਹਰ ਬਾਣੀ। ਹੁਣ ਦੇਖੋ ਇੱਥੇ ਨਾਨਕ ਦੇ ਕੱਕੇ ਨੂੰ ਔਂਕੜ ਹੈ। ਨਾਨਕ ਜੀ ਕਹਿੰਦੇ ਨੇ ਮੈਂ ਵੀ ਉਸ ਹਰੀ ਦੀ ਬਾਣੀ ਬੋਲਦਾ ਹਾਂ, ਭਾਵ ਹਰ ਵੇਲੇ ਉੱਠਦਿਆਂ ਬਹਿੰਦਿਆਂ ਤੁਰਦਿਆਂ ਫਿਰਦਿਆਂ ਉਸ ਵਾਹਿਗੁਰੂ ਦਾ ਸਿਮਰਨ ਕਰ। ਤੋ ਸਤਸੰਗਤ ਸ਼ਬਦ ਦੇ ਅਖਰੀ ਅਰਥ ਹੋਰ, ਭਾਵ ਅਰਥ ਨੇ ਉਹ ਉੱਚ ਆਤਮਕ ਅਵਸਥਾ ਜਿੱਥੇ ਟਿਕ ਕੇ ਜੁੜ ਕੇ ਪਰਮਾਤਮਾ ਦੀ ਕੀਰਤੀ ਕੀਤੀ ਜਾਂਦੀ। ਇਸ ਲਈ ਪਾਤਸ਼ਾਹ ਕਹਿੰਦੇ ਨੇ ਕੀਰਤ ਪ੍ਰਭ ਕੀ ਗਾਓ ਮੇਰੀ ਰਸਨਾ, ਭਲੀ ਸੁਆਵੀ ਛਾਪਰੀ ਜਾ ਮੈਂ ਗੁਣ ਗਾਏ, ਕਿਤੇ ਹੀ ਕਾਮ ਨ ਧੌਲ ਹਰ ਜਿਤ ਹਰ ਵਿਸਰਾਏ, ਆਨੰਦ ਗਰੀਬੀ ਸਾਧ ਸੰਗ ਜਿਤ ਪ੍ਰਭ ਚਿਤ ਆਏ, ਜਲ ਜਾਓ ਇਹ ਬਡਪਣਾ ਮਾਇਆ ਲਪਟਾਏ। ਤੋ ਸਤਸੰਗ ਗੁਰੂ ਕੀ ਬਾਣੀ ਜਿਉਂ ਜਿਉਂ ਵਿਚਾਰੀ ਜਾਵਾਂਗੇ ਤਿਉਂ ਤਿਉਂ ਭੇਦ ਖੁੱਲਦੇ ਜਾਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।